ਜਿਹੜਾ ਪੂਰੇ ਪੰਜਾਬ ਦੀਆਂ ਮਦਦ ਨੂੰ ਲੈ ਕੇ ਸੀ ਤੇ ਨਾਲ ਜਿਹੜੇ ਜ਼ਿਲ੍ਹਾ ਫਿਰੋਜ਼ਪੁਰ ਦੇ ਪੁਲਿਸ ਦੇ ਸਿਵਲ ਪ੍ਰਸ਼ਾਸਨ ਨਾਲ ਮਸਲੇ ਸੀਗੇ ਉਹਨਾਂ ਨੂੰ ਲੈ ਕੇ ਸੀ। ਦੋ ਮੰਗ ਪੱਤਰ ਅਸੀਂ ਦਿੱਤੇ ਸੀ ਇਹਨਾਂ ਨੂੰ ਅਧਿਕਾਰੀਆਂ ਨੂੰ ਐਸਐਸਪੀ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਇੱਕ ਪੁਲਿਸ ਨਾਲ ਸੰਬੰਧਿਤ ਮੰਗ ਪੱਤਰ ਸੀ ਜਿਹੜੇ ਪੁਲਿਸ ਨਾਲ ਸੰਬੰਧਿਤ ਥਾਣਿਆਂ ਨਾਲ ਸੰਬੰਧਿਤ ਮਸਲੇ ਸੀ ਝੂਠਾ ਪਰਚਾ ਪਰਚਾ ਹੀ 306 ਦਾ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ। ਅੱਜ ਜੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਸਾਡਾ ਮੋਰਚਾ ਲੱਗਾ ਹੋਇਆ ਵਾ ਉਹ 5ਵੇਂ ਦਿਨ 'ਚ ਦਾਖਲ ਹੋ ਗਿਆ। ਅੱਜ ਵੀ ਕਿਸਾਨ ਮਜ਼ਦੂਰ ਵੱਡੀ ਗਿਣਤੀ 'ਚ ਬੀਬੀਆਂ ਭੈਣਾਂ ਸ਼ਾਮਿਲ ਹੋਈਆਂ ਵਾ ਸਾਡੇ ਭਾਵੇਂ ਇਹਨਾਂ ਨੇ ਜਿਹੜੇ ਪੁਲਿਸ ਦਾ 306 ਦਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ 306 ਦਾ ਝੂਠਾ ਪਰਚਾ ਥਾਣਾ ਸਿਟੀ ਜੀਰਾ ਵਿੱਚ ਕੀਤਾ ਗਿਆ ਸੀਗਾ 5-6 ਕਿਸਾਨ ਆਗੂਆਂ ਉੱਤੇ ਉਹ ਪਰਚੇ ਦੀ ਕੈਂਸਲੇਸ਼ਨ ਕਰਕੇ ਪਰਚਾ ਰੱਦ ਕਰਕੇ ਉਹਦੀ ਭਾਵੇਂ ਸਾਨੂੰ ਕਾਪੀ ਦੇ ਦਿੱਤੀ ਗਈ ਆ। ਹੋਰ ਵੀ ਜਿਹੜੇ ਪੁਲਿਸ ਨਾਲ ਕੋਈ ਥੋੜ੍ਹੇ ਮਸਲੇ ਸੀਗੇ ਉਹ ਹੱਲ ਕੀਤੇ ਗਏ ਆ। ਬਾਕੀ ਐਸ ਪੀ ਫਿਰੋਜ਼ਪੁਰ ਨੇ ਕਿਹਾ ਵੀ ਅਸੀਂ ਜਿਹੜੇ ਆ ਉਹ ਮਸਲੇ ਪੁਲਿਸ ਨਾਲ ਪ੍ਰਸ਼ਾਸਨ ਨਾਲ ਤੁਹਾਡੇ ਹੱਲ ਕਰਾਂਗੇ। ਪਰ ਸਾਡਾ ਜਿਹੜਾ 77 ਕਨਾਲ ਜ਼ਮੀਨ ਜਿਹੜੀ ਆ ਕੱਚਰ ਪਾਉਂਦੇ ਕਿਸਾਨਾਂ ਦੀ ਕਾਨੂੰਨੀ ਤੌਰ 'ਤੇ ਉਹਨਾਂ ਦਾ ਉਹਨਾਂ ਅਪੀਲ ਪਾਈ ਹੋਈ ਆ ਡਿਪਟੀ ਕਮਿਸ਼ਨਰ ਦੇ, ਪਰ ਐਸਡੀ ਵਜ਼ੀਰ ਆ ਉਹਨਾਂ ਨੂੰ ਬੇਦਖਲ ਕਰਦੇ ਥੱਲੇ ਜਿਹੜੀ ਕਾਰਵਾਈ ਕਰੀ ਜਾ ਰਿਹਾ। ਉਹ ਸਾਡੀ ਮੰਗ ਹੈ ਵੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੱਜ ਹੀ ਡੇਟ ਆ ਅੱਜ 21 ਤਰੀਕ ਆ ਸਾਡਾ ਵਕੀਲ ਸਾਹਿਬ ਉੱਥੇ ਗਏ ਹੋਏ ਅੰਦਰ ਉਹ ਤੁਰੰਤ ਜਿਹੜੀ ਆ ਉਹਦਾ ਕੇਸ ਜਾਰੀ ਕੀਤਾ ਜਾਵੇ ਅਤੇ ਉਸ ਕੇਸ ਨੂੰ ਜਿਹੜਾ ਸਿਵਲ ਅਦਾਲਤ ਜੀਰਾ ਲੋਅਰ ਕੋਰਟ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਉੱਥੇ ਇਹ ਕੇਸ ਆਲਰੇਡੀ ਪਹਿਲਾਂ ਹੀ ਚੱਲ ਰਿਹਾ ਉੱਥੇ ਉਹਦਾ ਸਟੇਅ ਹੋਇਆ ਹੋਇਆ ਵਾ ਇਸ ਜ਼ਮੀਨ ਦੇ ਇਹਦੇ ਇਸ ਜ਼ਮੀਨ ਦੇ ਉੱਤੇ ਸਿਵਲ ਅਦਾਲਤ ਵੱਲੋਂ ਸਟੇਅ ਪੱਕਾ ਸਟੇਅ ਹੋਇਆ ਹੋਇਆ ਵਾ ਉਹ ਜਮ੍ਹਾਂਬੰਦੀ 'ਚ ਲੱਗਾ ਹੋਇਆ। ਇਸ ਲਈ ਡਿਪਟੀ ਕਮਿਸ਼ਨਰ ਐਸਡੀਐਮ ਜੀਰਾ ਦੀ ਕਾਰਵਾਈ ਨੂੰ ਸਟੇਅ ਕਰਕੇ ਅੱਗੋਂ ਜਿਹੜਾ ਵਾ ਆਪਣਾ ਅਗਲਾ ਜਿਹੜਾ ਫੈਸਲਾ ਉੱਧਰ ਕੇਸ ਭੇਜਣ ਦਾ ਲੋਅਰ ਕੋਰਟ 'ਚ ਉਹ ਫੈਸਲਾ ਕਰਨ। ਸਾਡੀ ਇਹ ਮੰਗ ਆ ਇਸ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਬਿਜਲੀ ਦੇ ਬਿੱਲ ਜਿਹੜੇ ਆ ਉਹ 1 ਰੁਪਈਆ ਘਰੇਲੂ ਯੂਨਿਟ ਕੀਤਾ ਜਾਵੇ, ਬਿਜਲੀ ਕੰਪਨੀਆਂ ਨਾਲ 50 ਮਾਰੂ ਕੀਤੇ ਸਮਝੌਤੇ ਆ ਜਿਹੜੇ ਉਹ ਤੁਰੰਤ ਰੱਦ ਕੀਤੇ ਜਾਣ। ਪਿਛਲੀ ਅਕਾਲੀ ਭਾਜਪਾ ਨੇ ਜਿਹੜੇ ਸਮਝੌਤੇ ਕੀਤੇ ਆ ਉਹਨਾਂ ਤਹਿਤ ਹੁਣ ਤੱਕ ਇਹਨਾਂ ਨੇ ਪਿਛਲੇ 5 ਸਾਲਾਂ 'ਚ 12,967 ਕਰੋੜ ਰੁਪਈਆ ਲੋਕਾਂ ਦੀ ਜੇਬ ਕੱਟ ਕੇ ਦੇ ਦਿੱਤਾ ਗਿਆ ਵਾ। ਉਹ ਸਾਡੀ ਮੰਗ ਆ ਉਹਦੀ ਵੀ ਇਨਕੁਆਇਰੀ ਕਰਵਾਈ ਜਾਵੇ। ਏਡਾ ਵੱਡਾ ਬਿਜਲੀ ਮਾਫੀਏ ਨਾਲ ਘਪਲਾ ਕੀਤਾ ਮੰਤਰੀਆਂ ਨੇ ਅਫਸਰਾਂ ਨੇ ਅਤੇ ਉਹਦੀ ਇਨਕੁਆਇਰੀ ਕਰਵਾਈ ਜਾਵੇ, ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਸਮਝੌਤੇ ਰੱਦ ਕੀਤੇ ਜਾਣ, ਜਿਹੜੇ ਥਰਮਲ ਪਲਾਂਟ ਸਰਕਾਰੀ ਉਹ ਚਲਾਏ ਜਾਣ, ਪਣ ਬਿਜਲੀ ਦੇ ਪ੍ਰੋਜੈਕਟ ਹੋਰ ਲਾਏ ਜਾਣ ਜਿਹੜੇ ਪਹਿਲੇ ਆ ਉਹਨਾਂ ਨੂੰ ਰਿਵਾਈਜ਼ ਕਰਕੇ ਵਧੀਆ ਚਲਾਇਆ ਜਾਵੇ ਅਤੇ ਬਿਜਲੀ ਜਿਹੜੀ ਆ 1.5-2 ਰੁਪਏ ਯੂਨਿਟ ਤੋਂ ਵੈਸੇ ਵੱਧ ਨਹੀਂ ਪੈ ਸਕਦੀ ਸਾਰੀ ਰਲਾ ਮਿਲਾ ਕੇ। ਇਸੇ ਤਰੀਕੇ ਦੇ ਨਾਲ ਜਿਹੜੇ ਬਿਜਲੀ ਦੇ ਜਿਹੜੀ ਬਾਹਰੋਂ ਬਿਜਲੀ ਦੀਆਂ ਕੰਪਨੀਆਂ 1.5 ਰੁਪਏ ਯੂਨਿਟ ਦੇ ਰਹੀਆਂ ਮਹਿੰਦਰਾ ਐਂਡ ਕੰਪਨੀ ਉਹਨਾਂ ਕੋਲ ਬਿਜਲੀ ਵੀ ਲਈ ਜਾ ਸਕਦੀ ਆ, ਪਰ ਇਹ ਸਮਝੌਤੇ ਜਿਹੜੇ 50 ਮਾਰੂ ਕੀਤੇ ਹੋਏ ਆ ਇਹ ਤੁਰੰਤ ਰੱਦ ਕਰਨ ਦੀ ਸਾਡੀ ਮੰਗ ਆ। ਬਾਤਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਦੀ ਮੰਗ ਆ। ਜਿਹੜਾ ਮੁਆਵਜ਼ਾ 17-18 ਦਾ ਅੱਜ ਤੱਕ 7 ਕਰੋੜ ਫਿਰੋਜ਼ਪੁਰ ਦਾ ਦਿੱਤਾ ਨਹੀਂ ਗਿਆ ਅਤੇ ਇਸੇ ਤਰ੍ਹਾਂ 18-19 ਦਾ ਪੂਰੇ ਪੰਜਾਬ 'ਚ ਕਿਤੇ ਵੀ ਨਹੀਂ ਦਿੱਤਾ ਗਿਆ। ਉਹ ਤੁਰੰਤ 40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਰੀ ਕੀਤਾ ਜਾਵੇ। ਪਰਾਲੀ ਦੇ ਮੁੱਦੇ ਦੇ ਉੱਤੇ 6,000 ਰੁਪਇਆ ਪ੍ਰਤੀ ਏਕੜ ਉਹ ਜਿਹੜਾ ਵਾ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇ, ਬਾਸਮਤੀ ਜਿਹੜੀ ਛੱਤ ਲਾਈ ਹੋਈ ਉਹ ਵੀ ਢਾਈ ਜਾਵੇ, ਹੁਣ ਬਾਸਮਤੀ ਵਾਲੇ ਕਿਸਾਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ, ਉਹਦੀਆਂ ਬੇਲੜੀਆਂ 5 ਏਕੜ ਦੀ ਸ਼ਰਤਾਂ ਲਾਈਆਂ ਢਕੇ ਜਾਣ ਅਤੇ ਪਰਚੇ 'ਤੇ ਜਿਹੜੇ ਜੁਰਮਾਨੇ ਪਾਏ ਹੋਏ ਆ ਕਿਸਾਨਾਂ ਨੂੰ ਲਾਲ ਐਂਟਰੀਆਂ ਕੀਤੀਆਂ ਫਰਦਾਂ 'ਚ ਉਹ ਤੁਰੰਤ ਜਿਹੜੀਆਂ ਰੱਦ ਕੀਤੀਆਂ ਜਾਣ। ਰੇਤ ਮੈਨਕ ਦੇ ਜਿਹੜੇ ਆ ਜਿਹ 'ਚ ਸ਼ਾਮਿਲ ਆ ਕਾਲੇ ਧੰਦੇ ਦੇ ਵਿੱਚ ਸਾਰੇ ਮੰਤਰੀ ਆ, MLA ਆ, ਆਪਣੇ
ਜਿਹੜੇ ਨਸ਼ਾ ਆਪਣਾ ਰੇਤ ਮਾਫੀਆ ਬਜਰੀ ਮਾਫੀਆ ਵਾ, ਹੋਰ ਜਿਹੜਾ ਆਪਣਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਧਿਕਾਰੀ ਆ, ਉਹਨਾਂ ਦੀ ਜਾਂਚ ਕਰਾ ਕੇ ਉਹਨਾਂ ਦੀਆਂ ਬਣਾਈਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ, ਕਾਰਵਾਈ ਕੀਤੀ ਜਾਵੇ ਅਤੇ ਰੇਤ ਮਾਇਨਿੰਗ ਨੂੰ ਸਰਕਾਰ ਆਪਣੇ ਕੰਟਰੋਲ ਹੇਠ ਲਵੇ। ਇਸ ਤੋਂ ਇਲਾਵਾ ਸਾਡੀਆਂ ਬਹੁਤ ਜ਼ਿਆਦੀਆਂ ਹੋਰ ਵੀ ਮੰਗਾਂ ਜਿਹੜੀਆਂ ਆਪਣੇ ਪ੍ਰਦੂਸ਼ਣ ਦੇ ਬਾਰੇ ਦੇ ਵਿੱਚ ਆ, ਜਿਹੜੀਆਂ ਕੁਰਕੀਆਂ ਹੋ ਰਹੀਆਂ, ਆੜਤੀਆਂ ਵੱਲੋਂ ਕੁਰਕੀਆਂ ਕਰਾਈ ਜਾ ਰਹੀਆਂ, ਖਾਲੀ ਚੈੱਕ ਲਏ ਆ, ਬੈਨਾਮੇ ਪ੍ਰਨੋਟ ਜਿਹੜੇ ਕਿਸਾਨਾਂ ਤੋਂ ਲਏ ਹੋਏ ਆ, ਜਬਰੀ ਲਏ ਹੋਏ ਆ, ਗੈਰ ਕਾਨੂੰਨੀ ਲਏ ਹੋਏ ਆੜਤੀਆਂ ਨੇ ਅਤੇ ਬੈਂਕਾਂ ਨੇ, ਉਹ ਸਾਰੇ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ, ਕਰਜ਼ਾ ਰਾਹਤ ਕਾਨੂੰਨ ਪਾਸ ਕੀਤਾ ਜਾਵੇ, ਆੜਤੀਆਂ ਦਾ ਜਿਹੜਾ ਹੈਗਾ ਵਾ ਧੰਦਾ ਉਹਨੂੰ ਕਾਨੂੰਨੀ ਰੋਕ ਦਿੱਤਾ ਜਾਵੇ, ਅਤੇ ਪਾਸਬੁੱਕਾਂ ਜਿਹੜੀਆਂ ਵਾ ਉਹ ਜਾਰੀ ਕੀਤੀਆਂ ਜਾਣ। ਕਣਕ ਜਿਹੜੀ ਕਣਕ ਝੋਨੇ ਦੀ ਖਰੀਦ ਆ, ਉਹਦੇ ਸਮੇਤ ਕਈ ਫਸਲਾਂ ਹੋਰ ਜਿਹੜੀਆਂ ਕਿਸਾਨ ਬੀਜਦਾ ਵਾ, ਉਹਨਾਂ ਸਾਰੀਆਂ ਨੂੰ ਹੀ ਡਾਕਟਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਮੁਤਾਬਕ 50% ਮੁਨਾਫਾ ਜੋੜ ਕੇ ਪਾ ਦੇ ਕੇ ਅਤੇ ਉਹਨਾਂ ਨੂੰ ਉਹਨਾਂ ਦੀ ਖਰੀਦ ਦੀ ਗਰੰਟੀ ਕੀਤੀ ਜਾਵੇ। ਖੇਤੀ ਮੰਡੀ ਤੋੜਨੀਆਂ ਨੇ ਤਵੀਜ਼ਾਂ ਮੋਦੀ ਸਰਕਾਰ ਦੀਆਂ ਉਹ ਰੱਦ ਕੀਤੀਆਂ ਜਾਣ। CAA ਜਿਹੜਾ ਮੋਦੀ ਸਰਕਾਰ ਨੇ ਜਿਹੜਾ ਸੰਵਿਧਾਨ ਦੀ ਜਿਹੜੀ ਆ ਸਤਾਰਾ ਦੇ ਉਲਟ ਜਿਹੜਾ ਪਾਸ ਕੀਤਾ, ਨਾਲ ਜਿਹੜਾ NPR NRC ਲਾਗੂ ਕੀਤੀ ਆ, ਉਹ ਸਾਰੇ ਕਾਨੂੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ। ਇਹ ਸਾਰੀਆਂ ਸਾਡੀਆਂ ਮੰਗਾਂ ਵਾ। ਜੇਕਰ ਇਹਨਾਂ ਮੰਗਾਂ ਦਾ ਕੋਈ ਵੀ ਜਿਹੜੀ ਆ ਇਹ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਕੋਈ ਹੱਲ ਨਹੀਂ ਕੱਢਦੀ, ਅਤੇ ਫਿਰ ਅਸੀਂ ਜਿਹੜਾ ਵਾ ਸਾਡੀ ਇਹੀ ਮੰਗ ਆ ਜੋ ਗੱਲ ਹੋਈ ਵੀ ਆ, ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਜੋੜਾਂ ਨਾਲ ਸੰਬੰਧਿਤ ਮਸਲੇ ਆ, ਜਿਸ ਤਰ੍ਹਾਂ 30 ਅਪ੍ਰੈਲ 2018 ਨੂੰ ਇੰਦਰਜੀਤ ਜੀਰਾ, ਇਸ਼ਪਾਲ ਸਿੰਘ ਜੀਰਾ ਗੈਂਗ ਨੇ ਜਿਹੜਾ ਵਾ ਹਮਲਾ ਕੀਤਾ ਸੀਗਾ, ਖੁਦਕੁਸ਼ੀ ਕਰ ਗਏ ਜਤਿੰਦਰ ਸਿੰਘ ਦੇ ਪਰਿਵਾਰ ਦੇ ਉੱਤੇ, ਉਹਨਾਂ ਪਰਚਾ ਦਰਜ ਕੀਤਾ ਜਾਵੇ, ਉਹਦੀ ਵੀਡੀਓ ਫੁਟੇਜ ਜਿਹੜੀ ਆ ਦਿੱਤੀ ਗਈ ਆ ਪੁਲਿਸ ਨੂੰ, IG ਕ੍ਰਾਈਮ ਚੰਡੀਗੜ੍ਹ ਪਾਸ ਚੱਲ ਰਿਹਾ। ਇਸ ਤਰ੍ਹਾਂ 1,64,587 ਰੁਪਇਆ ਜਿਹੜਾ ਤੋੜ ਭੰਨ ਹੋਈ ਸੀ ਉਹ ਟਾਈਮ 'ਤੇ ਉਹਦਾ ਮੁਆਵਜ਼ਾ ਦਿੱਤਾ ਜਾਵੇ। ਜਿਹੜਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਆ ਜੋ ਇਹਨਾਂ ਨਾਲ ਸੰਬੰਧਿਤ ਮਸਲੇ ਉਹ ਹੱਲ ਕਰੇ। ਇਸ ਤੋਂ ਇਲਾਵਾ ਜਿਹੜੇ ਪੰਜਾਬ ਸਰਕਾਰ ਨਾਲ ਮਸਲੇ ਆ ਉਹਨਾਂ ਨਾਲ ਜਿਹੜਾ ਵਾ ਉਹਨਾਂ ਉਹ ਮਸਲੇ ਪੰਜਾਬ ਸਰਕਾਰ ਹੱਲ ਕਰੇ, ਮੁੱਖ ਮੰਤਰੀ ਨਾਲ ਉਹਦੇ ਮਸਲਿਆਂ ਦੇ ਉੱਤੇ ਜਿਹੜੀ ਆ ਮੀਟਿੰਗ ਰਖਾਈ ਜਾਵੇ। ਜੇ ਕਰੇ ਨਹੀਂ ਹੁੰਦਾ ਤਾਂ ਅਸੀਂ 22 ਜਨਵਰੀ ਨੂੰ ਜਿਹੜਾ ਵਾ ਕੱਲ੍ਹ ਪੂਰਾ ਵੱਡਾ ਇੱਥੇ 11 ਕਿਸਾਨ ਮਜ਼ਦੂਰ ਬੀਬੀਆਂ ਇਕੱਠੇ ਹੋ ਕੇ ਅਸੀਂ ਰੇਲਾਂ ਦਾ ਚੱਕਾ ਜਾਮ ਕਰਾਂਗੇ, ਅਤੇ ਜਿਹੜਾ ਮੋਰਚਾ ਇੱਥੇ ਚੱਲ ਰਿਹਾ ਇਹ ਰੇਲ ਮਾਰਗ ਦੇ ਉੱਤੇ ਤਬਦੀਲ ਹੋ ਜਾਊਗਾ। ਉਹਦੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਦੀ ਹੋਊਗੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।